Punjabi man Baljeet Singh gets help from Pehal Charitable Trust for getting him freed from the prison for facing false allegations from the past 7 years. Chairman of Pehal Charitable Trust has fought a legal battle for Baljeet Singh for 2 years to prove him innocent. Today, Baljeet Singh is back to India and is staying happily with his family. Chairman of Pehal Charitable Trust, Shri Yogendra Singh Salaria, has told the media that he has learned about Baljeet Singh's case 2 years back when his family took up the matter to social media for help. He said that Pehal Charitable Trust is always there to help needy people. ਸਾਲ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਮੇਰੇ ਨਾਲ ਕੁਛ ਕਾਨੂੰਨੀ ਕਾਰਵਾਈ ਦੇ ਵਿੱਚ ਕਾਨੂੰਨੀ ਕੇਸ ਹੋਏ ਸੀ ਮੇਰੇ 'ਤੇ ਜਿਹੜੇ ਕਿ ਹਾਲਾਂਕਿ ਗਲਤ ਸੀਗੇ ਤਾਂ ਉਹ ਹੁਣ ਮੈਂ ਜਦੋਂ ਨਿਊਜ਼ ਖਬਰ ਲਵਾਈ ਸੀ ਨਿਊਜ਼ ਦੇ ਵਿੱਚ ਤਾਂ ਉਸ ਤੋਂ ਬਾਅਦ ਮੇਰੀ ਪੀ ਸੀ ਟੀ ਦੇ ਚੇਅਰਮੈਨ ਸਰ ਜਗਿੰਦਰ ਸਲਾਰੀਆ ਉਹਨਾਂ ਨੇ ਮੇਰੇ ਨਾਲ ਰਾਤਾ ਕਾਇਮ ਕੀਤਾ ਸੀਗਾ ਅਤੇ ਉਹਨਾਂ ਨੇ ਮੇਰੀ ਬਹੁਤ ਸਾਰੀ ਹੈਲਪ ਕੀਤੀ ਤਾਂ ਹੁਣ ਅੱਜ ਮੈਂ ਜਿਹੜਾ ਵਾ ਆਪਣੇ ਘਰ ਆ ਕੇ ਬਹੁਤ ਖੁਸ਼ ਹਾਂ ਇਹ ਬੱਚੇ ਦੀ ਹੈਲਪ ਅਸੀਂ ਕੀਤੀ ਹੈ ਜਦੋਂ ਪਤਾ ਲੱਗਾ ਦੁਬਈ ਦੇ ਵਿੱਚ ਕਿ ਇਹ ਮੁੰਡਾ ਇਸ ਤਰ੍ਹਾਂ ਕੋਈ ਕਾਨੂੰਨੀ ਇਹਨੂੰ ਸਹਾਇਤਾ ਚਾਹੀਦੀ ਸੀ ਅਤੇ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ ਵਾ ਅਤੇ ਇਸ ਮੁੰਡੇ ਦੀ ਅਸੀਂ ਜਾ ਕੇ ਅਤੇ ਪੁੱਛਗਿੱਛ ਕੀਤੀ ਆ ਫਿਰ ਇਹਨੂੰ ਜੋ ਇਹਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਚਾਹੀਦੀ ਸੀਗੀ ਉਹ ਇਹਨੂੰ ਕਾਨੂੰਨੀ ਸਹਾਇਤਾ ਦਵਾ ਕੇ 2 ਸਾਲ ਦੀ ਲੰਬੀ ਮੁਸ਼ਕਤ ਕਰਕੇ ਅੱਜ ਇਹਨੂੰ ਮੁੰਡੇ ਨੂੰ ਇੱਥੇ ਲੈ ਕੇ ਆਏ ਹਾਂ ਪੰਜਾਬ ਦੇ ਵਿੱਚ ਅਤੇ ਸਾਨੂੰ ਵੀ ਖੁਸ਼ੀ ਹੈ ਔਰ ਦੂਸਰਾ ਅਸੀਂ ਇਹੋ ਕਹਿਣਾ ਚਾਹੁੰਦੇ ਹੈਗੇ ਹਾਂ ਕਿ ਦੇਖੋ ਕੋਈ ਵੀ ਹੈਗਾ ਹਰ ਇੱਕ ਨੂੰ ਆਪਣੀ ਕਹਿੰਦੇ ਨਾ ਵੀ ਜਿੰਨੀ ਵੀ ਹੋ ਸਕਦੀ ਹੈ ਇੱਕ ਦੂਸਰੇ ਦੀ ਆਪਣੇ ਭੈਣ ਭਰਾ ਦੀ ਹੈਲਪ ਕਰਨੀ ਚਾਹੀਦੀ ਹੈਗੀ ਹੈ ਚਾਹੇ ਉਹ ਕਿਸੇ ਕਿਸਮ ਦੀ ਵੀ ਹੋਵੇ ਸੋ ਇਹ ਹੈ ਕਿ ਖਾਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕੋਈ ਬੱਚਾ ਫਸ ਜਾਂਦਾ ਹੈਗਾ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਮੇਰੇ ਵੀ ਇਹ ਟਰੱਸਟ ਨੂੰ ਪਤਾ ਲੱਗਾ ਸੀਗਾ ਜਦੋਂ ਇਹਦੀ ਕਿਤੇ ਨਿਊਜ਼ ਚੱਲ ਰਹੀ ਸੀਗੀ ਅਤੇ ਮੈਂ ਦੇਖਿਆ ਅਤੇ ਫਿਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਮੁੰਡੇ ਦੀ ਜ਼ਰੂਰੀ ਹੈਲਪ ਕਰਨੀ ਚਾਹੀਦੀ ਹੈ ਫਿਰ ਇਹ ਜਦੋਂ ਪੁੱਛਗਿੱਛ ਕੀਤੀ ਆ ਅਤੇ ਫਿਰ ਪਤਾ ਲੱਗਾ ਕਿ ਹਾਂ ਇਹ ਬੱਚਾ ਵਾਕਈ ਫਸਿਆ ਹੋਇਆ ਅਤੇ ਇਹਨੂੰ ਮਤਲਬ ਕਿ ਸਹਾਇਤਾ ਦੀ ਜ਼ਰੂਰਤ ਹੈ ਰਿਪੋਰਟ ਬਾਈ ਪ੍ਰਿਸ਼ਪਾਲ ਸਿੰਘ ਫਰੋਮ ਗੁਰਦਾਸਪੁਰ ਫੋਰ ਬ੍ਰਾਈਟ ਪੰਜਾਬ ਐਕਸਪ੍ਰੈਸ